ਅਸੀਂ ਤੇ ਇੱਥੇ ਨਾ ਏਕਤਾ ਕਰਨ ਵਾਸਤੇ ਆਏ ਆ, ਸਾਰੇ ਇੱਕੋ ਹੀ ਹੋ ਜਾਣ ਤੇ ਹੋਏ ਵੀ ਉਹ ਤੇ ਤਾਂ ਹੀ ਇਕੱਠੇ ਹੋਏ ਹੋ। ਤਾਂ ਸ਼ੁਰੂ ਕਰਨੇ ਜਾ ਰਹੇ ਆ, ਕਿਉਂਕਿ ਬੜੇ ਆਨੰਦ ਨਾਲ ਸੁਣਿਆ ਹੈ। ਤੁਸੀਂ ਤੇ ਗਵਈਆਂ ਵਰਗੇ ਗਵਈਏ ਹੀ ਹੋ ਗਏ, ਸੁਣਨ ਦਾ ਵੀ ਹੁਣ ਸਾਨੂੰ ਪਤਾ ਲੱਗਾ ਵੀ ਸੁਣਨਾ ਸਾਡੇ ਅੱਖ ਵਿੱਚ ਇੱਕ ਧਿਆਨ ਵੀ ਪੂਰਾ ਦਿੱਤਾ ਹੈ। ਮਰਾਸੀ ਸੀ ਸਾਡੇ ਇੱਕ ਰਹਿੰਦਾ ਤੇ ਅੱਖੋਂ ਕਾਣਾ ਸੀ ਅੱਖੋਂ। ਉਹਦਾ ਮੇਲਾ ਦੋ ਦਿਨ ਹੋਇਆ ਤੇ ਮੈਂ ਉਹਨੂੰ ਆਖਿਆ ਮੀਰ ਆਲਮਾ ਮੇਲਾ ਤੇਰਾ ਦੇਖਿਆ ਸਾਂ, ਤੂੰ ਕਿਸੇ ਨਾਲ ਦੂਈ ਦਵੈਤ ਨਹੀਂ ਕੀਤੀ, ਸਭਨਾਂ ਨੂੰ ਦੇਈ ਗਿਆ। ਨਹੀਂ ਤੇ ਲੋਕੀ ਜਿਹੜੇ ਕਹਿੰਦੇ ਹੁੰਦੇ ਅੰਨਾ ਸ੍ਰੀਣੀਆਂ ਵੰਡੇ ਤੇ ਆਪਣੇ ਘਰਦਿਆਂ ਨੂੰ ਦਿੰਦਾ ਹੁੰਦਾ, ਪਰ ਤੂੰ ਸਾਰਿਆਂ ਨੂੰ ਇੱਕੇ ਹੀ ਅੱਖ ਨਾਲ ਵੇਖਿਆ ਹੈ, ਤੇਰੇ ਰਤੇ ਦੂਈ ਦਵੈਤ ਦਿਲ ਵਿੱਚ ਹੈ ਨਹੀਂ, ਇੱਕੋ ਹੀ ਅੱਖ ਸੀ ਉਹਦੀ। ਮੈਂ ਕਿਹਾ ਤੂੰ ਇੱਕੇ ਅੱਖ ਨਾਲ ਸਾਰਿਆਂ ਨੂੰ ਵੇਖਿਆ, ਤੇਰੇ ਦਿਲ ਵਿੱਚ ਰਤੀ ਦੂਈ ਦਵੈਤ ਨਹੀਂ। ਉਹ ਮਰਾਸੀ ਕਹਿੰਦਾ ਤੁਸੀਂ ਵੀ ਮੇਰੇ ਵਰਗੇ ਹੀ ਹੋ ਜਾਓ। ਤੁਸੀਂ ਸਾਡੇ ਵਰਗੇ ਹੀ ਹੋ ਗਏ, ਹੁਣ ਮੈਨੂੰ ਇਹ ਜਾਪਦਾ ਵੀ ਤੁਹਾਡੇ ਚ ਰੰਗ ਭਰ ਗਿਆ। ਗਾਇਕੀ ਤੇ ਜੋ ਗਾਣਾ ਹੈ, ਰਾਗ ਜੋ ਹੈ ਨਾ, ਜਾਨਵਰਾਂ ਤੇ ਵੀ ਅਸਰ ਕਰ ਜਾਂਦਾ। ਤੁਸੀਂ ਤੇ ਇਨਸਾਨ ਜੇ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਵਿੱਚ ਡਾਵਾ ਲੋਕਾਂ ਭਾਣੇ ਮੈਂ ਕੱਤ ਦੀ ਤੰਦ ਤੇਰੀਆਂ ਯਾਦਾਂ ਦੇ ਪਾ। ਬਾਬਿਓ ਅਰਜ਼ ਕਰਦਾ ਹਾਂ, ਚਰਖਾ ਤੁਸੀਂ ਦੇਖਿਆ ਪੰਜਾਬ ਦਾ, ਉਹ ਵੀ ਚਰਖਾ ਹੈ ਪਰ ਇਹ ਜਿਹੜਾ ਤਨ ਹੈ ਇਹ ਵੀ ਚਰਖਾ ਹੈ। ਜਿਸ ਤਰ੍ਹਾਂ ਉਹਨੂੰ ਕੱਤਦੇ ਹਾਂ ਅਸੀਂ, ਉਹਦੇ ਵਿੱਚ ਪੂਣੀਆਂ ਕੱਤਦੇ ਹਾਂ, ਉੱਤੇ ਤੰਦੀ ਚੜੀ ਹੁੰਦੀ ਹੈ। ਇਹ ਤੁਹਾਨੂੰ ਦੱਸਾਂਗੇ ਇਸ ਹਿਰਦੇ ਦੀ ਕਿਹੜੀ ਤੰਦੀ ਹੈ, ਕਿਹੜਾ ਚਰਖਾ ਹੈ, ਉਹ ਕਿਸ ਤਰ੍ਹਾਂ ਗੇੜਿਆ ਜਾਂਦਾ ਹੈ, ਥੋੜ੍ਹਾ ਜਿਹਾ ਅੱਜ ਦੱਸਾਂਗੇ ਇਹਦੇ 'ਚ। ਲੋਕ ਆਖ ਦਿੰਦੇ ਖਰੇ ਉਹ ਰੂਮ ਪੀਣ ਵਾਲਾ ਇਹ ਚਰਖਾ ਹੈ। ਰਾਗ ਦੇਸ ਪੇਸ਼ ਕਰ ਰਹੇ
ਫਤੂਰ ਹੋ ਲਾਮ ਲੈ ਚੱਲ ਚਰਖੇ ਨੂੰ ਮੂਰ ਖਾਵੇ ਲੈ ਚੱਲ ਵਿੱਚ ਚੱਲ ਕਿਸੇ ਗੁਰੂ ਦੇ ਪਾਸ ਜਿਹੜੇ ਰੱਬ ਨੂੰ ਮਿਲੇ ਹੋਏ ਨੇ ਉਹ ਤੈਨੂੰ ਦੱਸੇਗਾ ਕਿ ਚਰਖਾ ਕੀ ਹੈ, ਇਹਦੇ ਵਿੱਚ ਕਿਹੜੀ ਤੰਦ ਪਾਉਣੀ, ਨਾਮ ਦੀ ਤੰਦ ਪਾਉਣੀ, ਉਸ ਗੁਰੂ ਨੂੰ ਮਿਲ ਲਾ ਲੈ ਚੱਲ ਚਰਖੇ ਨੂੰ ਚੱਲ ਚਰਖੇ ਨੂੰ ਮੂਰ ਕਵੇ ਲੈ ਚੱਲ ਵਿੱਚ ਕੋਈ ਮਤ ਫਤੂਰ ਹੋਵੇ ਬੇ ਤਕਲਾ ਸਿਦਕ ਜਿਹੜਾ ਸਿਦਕ ਹੈ ਉਹ ਤਕਲਾ ਹੈ ਕਿਉਂ ਸਿੱਧਾ ਹੁੰਦਾ ਹੈ ਜੇ ਵਿੰਗਾ ਚੱਲੇ ਤੇ ਉਹ ਪੂਣੀ ਟੁੱਟ ਜਾਂਦੀ ਹੈ ਤਕਲਾ ਸਿਦਕ ਯਕੀਨ ਦੀ ਮਾਲ ਪਾ ਕੇ ਜਿਹੜੀ ਉੱਤੇ ਮਾਲ ਪਾਉਂਦੀ ਹੈ ਚੱਲਦੀ ਹੈ ਉਹ ਯਕੀਨ ਹੈ ਤਕਲਾ ਸਿਦਕ ਯਕੀਨ ਦੀ ਮਾਲ ਪਾ ਕੇ ਮਨ ਕਾ ਪਾ ਮਨ ਦਾ ਜੇ ਸ਼ਹੂਰ ਹੋਵੇ ਤਕਲਾ ਸਿਦਕ ਯਕੀਨ ਦੀ ਸ਼ਹੂਰ ਹੋਵੇ ਤਕਲਾ ਸਿਦਕ ਯਕੀਨ ਦੀ ਮਾਲ ਪਾ ਕੇ ਤਕਲਾ ਸਿਦਕ ਯਕੀਨ ਦੀ ਮਾਲ ਪਾ ਕੇ ਮਨ ਕਾ ਪਾ ਮਨ ਦਾ ਉਹਦੇ ਨਾਮ ਦੀ ਰੂਈ ਖਰੀਦ ਕਰਕੇ ਖਰੀਦ ਗੁਰੂ ਦੇ ਨਾਮ ਦੀ ਉਹਦੇ ਨਾਮ ਦੀ ਰੂਈ ਖਰੀਦ ਕਰਕੇ ਵੱਟ ਪੂਣੀਆਂ ਜੇ ਰਾਜ਼ੀ ਗਫੂਰ ਹੋਵੇ ਉਹਦੇ ਨਾਮ ਦੀ ਰੂਈ ਖਰੀਦ ਨਾਮ ਦੀ ਰੂਈ ਖਰੀਦ ਕਰਕੇ ਵੱਟ ਪੂਣੀਆਂ ਜੇ ਰਾਜ਼ੀ ਗਫੂਰ ਉਹਦੀ ਯਾਦ ਵਿੱਚ ਕੱਦੀ ਰਹੀ ਹਰ ਦਮ ਖੋਰੇ ਕਿਹੜੀ ਵੀ ਤੰਦ ਮਨਜ਼ੂਰ ਹੋਵੇ ਉਹਦੀ ਯਾਦ ਵਿੱਚ ਹਰ ਸਾਂਸ ਦੇ ਨਾਲ ਨਾਲ ਕੱਦੀ ਰਹੀ ਹਰ ਦਮ ਖੋਰੇ ਕਿਹੜੀ ਵੀ ਤੰਦ ਮਨਜ਼ੂਰ ਉਹਦੀ ਯਾਦ ਵਿੱਚ ਕੱਦੀ ਹਰ ਉਹ ਤੂੰ
ਓ ਗਰ ਤੂੰ ਓ ਮਿਰਿਆ ਓ ਮੈਂ ਰੁਮਾਵੇ ਵੀ ਮਾਇਆ ਯਾਦ ਵਿੱਚ ਕੱਪਦੀ ਰਹੀ ਹਰ ਤੂੰ ਹੈ ਖੌਰੇ ਕਿਹੜੀ ਵੀ ਤੰਦ ਮੰਦੂਰ ਹੋਵੇ ਵੀ ਮਾਇਆ ਤੇਰੇ ਵੇਖਣੇ ਨੂੰ ਵੇਖਣ ਨੂੰ ਕਦੀ ਉੱਧਰ ਵੇਖਦੀ ਹੈ ਅੱਡੀਆਂ ਚੁੱਕ ਚੁੱਕ ਕੇ ਕਦੀ ਉੱਧਰ ਵੇਖਦੀ ਹੈ ਕਿੱਧਰ ਆਉਣ ਡਿਆ ਮੇਰਾ ਮਾਇਆ ਤੇਰੇ ਵੇਖਣ ਨੂੰ ਵੇ ਮਾਇਆ ਤੇਰੇ ਵੀ ਮਾਇਆ ਤੇਰੇ ਵੇਖਣੇ ਨੂੰ ਵੇ ਮਾਇਆ ਵੇਖ ਨਿਸਰੇ ਮਾਨੀ ਮਾਇਆ ਤੇਰੇ ਵੇਖਣੇ ਨੂੰ ਕੀ ਵੇਖਣੇ ਨੂੰ ਤਾੜੀਆਂ ਵੇਖਣ ਡਿਆ ਸੀ ਤੇ ਮਾਇਆ ਤੇਰੇ ਵੇਖਣੇ ਨੂੰ ਮਾਇਆ ਤੇਰੇ ਵੇਖਣੇ ਨੂੰ ਚੁੱਪ ਕਰੇ ਖੜੇ ਤੇ ਸੱਚਾ ਮਾਇਆ ਤੇਰੇ ਵੇਖਣੇ ਨੂੰ
ਮਗਰੋਂ ਜਿਵੇਂ ਧੂ ਆਉਂਦੀ ਹੈ ਉਹਦੀ ਗੂੰਜ ਪੈ ਰਹੀ ਹੈ ਕਿਵੇਂ ਪੈ ਰਹੀ ਹੈ ਚਰਖੇ ਦੀ ਕੂਕਰ ਦੇ ਓਲੇ ਚਰਖੇ ਦੀ
ਮੇਰੇ ਵਾਲਾ ਬੰਦ ਹੋ ਗਿਆ ਫਿਰ ਸਿਖਿਆ ਬਾਬਲ ਦੀ ਸੌ ਜੀ ਨਹੀਂ ਲੱਗਦਾ ਕਿਉਂ ਮਾਹੀ ਹੋਵੇ ਤਾਂ ਜੀ ਲੱਗਦਾ ਹੈ ਕਿਵੇਂ ਨਹੀਂ ਲੱਗਦਾ ਜੀ ਅਸੀਂ ਦੋਵੇਂ ਭਰਾ ਜੀ ਦੀਆਂ ਗੱਲਾਂ ਕਰਾਂਗੇ ਅਤੇ ਪਰਲਾ ਮੁੰਡਾ ਜੀ ਲੈ ਕੇ ਨਾਲ ਆਏਗਾ ਉਹ ਕਿਵੇਂ ਹੋਵੇ ਮੇਰਾ ਜੀ ਨਹੀਂ ਲੱਗਦਾ ਵੇ ਬਾਬਲ ਦੀ ਸੌ ਵੇ ਜੀ ਮੇਰਾ ਜੀ ਨਹੀਂ ਬਾਬਲ ਦੀ ਸੌ ਬਾਬਲ ਦੀ ਸੌ ਮੇਰਾ ਜੀ ਜੋ ਲੱਗਦਾ ਵੇ ਬਾਬਲ ਦੀ ਸੌ ਬਾਬਲ ਦੀ ਸੌ ਉਹ ਮੇਰਾ ਜੀ ਨਹੀਂ ਲੱਗਦਾ ਜੀ ਮੇਰਾ ਜੀ ਨਹੀਂ ਲੱਗਦਾ ਮੇਰਾ ਜੀ ਨਹੀਂ ਲੱਗਦਾ ਬਾਬਲ ਦੀ ਸੌ ਮੇਰਾ ਜੀ ਨਹੀਂ ਲੱਗਦਾ ਬਾਬਲ ਦੀ ਸੌ ਮੇਰਾ ਜੀ ਮੇਰਾ ਜੀ ਨਹੀਂ ਲੱਗਦਾ ਓਏ ਬਾਬਲ ਦੀ ਸੌ ਮੇਰਾ ਜੀ ਨਹੀਂ ਲੱਗਦਾ ਬਾਬਲ ਦੀ ਸੌ ਦੇਵਾ ਦੁਹਾਈ ਇਸ਼ਕ ਸਦਾ
माही नहीं आया, दिल नहीं लग रहा। ईद आई मेंढा यार नहीं आया, हो रब्बा खैर होवे ओदे दम दी, दम 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 दी, दम दम दी, दम दी ओ दम दी।